ਸਤਿ ਸ਼੍ਰੀ ਅਕਾਲ ਜੀ। ਅੱਜ ਗੱਲ ਕਰਾਂਗੇ ਭਾਈ ਦਰਬਾਰਾ ਸਿੰਘ ਜੀ ਅਤੇ ਨਵਾਬ ਕਪੂਰ ਸਿੰਘ ਜੀ ਬਾਰੇ। ਇਹਨਾਂ ਦੀ ਇੱਕ ਨਿੱਕੀ ਜਿਹੀ ਜਿਹੜੀ ਘਟਨਾ ਹੈਗੀ ਉਹ ਆਪਾਂ ਬਿਆਨ ਕਰਦੇ ਹਾਂ, ਜਿਹਦੇ ਵਿੱਚ ਪਤਾ ਲੱਗਦਾ ਵੀ ਸਿੰਘਾਂ ਦੇ ਖਾਲਸੇ ਦੇ ਉਸ ਟਾਈਮ 'ਤੇ ਕਰੈਕਟਰ ਕੀ ਰਹੇ ਆ। ਇੱਕ ਵਾਰ ਕੀ ਹੁੰਦਾ, ਜੰਡਿਆਲੇ ਕੋਲੋਂ ਦੀ ਇਹ ਲੰਘ ਰਹੇ ਸੀਗੇ ਅਤੇ ਜਿਹੜੇ ਸੂਹੀ ਹੁੰਦੇ ਨੇ, ਜਿਹੜੇ ਖਬਰੀ ਛੱਡੇ ਹੁੰਦੇ ਨੇ, ਉਹਨਾਂ ਨੂੰ ਕਪੂਰ ਸਿੰਘ ਦੇ ਜੱਥੇ ਨੂੰ ਉਹਨਾਂ ਨੇ ਸੂਹ ਦਿੱਤੀ। ਕਪੂਰ ਸਿੰਘ ਨੇ ਬਿਨਾਂ ਸਮਾਂ ਗਵਾਏ ਸੁਦਾਗਰ ਮੁਰਤਜ਼ਾ ਖਾਨ ਦੇ ਉੱਤੇ ਹੱਲਾ ਬੋਲ ਦਿੱਤਾ। ਆਉਣ ਵੇਲੇ ਭਾਵੇਂ ਜੱਥੇ ਦੇ ਕੁਝ ਕੁ ਸਿੰਘ ਹੀ ਘੋੜਿਆਂ 'ਤੇ ਸੀ, ਪਰ ਜਦੋਂ ਹੱਲਾ ਸਾਧ ਕੇ ਵਾਪਸ ਮੁੜੇ ਤਾਂ ਸਾਰੇ ਸਿੰਘ ਘੋੜਿਆਂ 'ਤੇ ਸਵਾਰ ਸੀ। ਕਈ ਸਿੰਘ ਤਾਂ ਦੋ ਦੋ ਘੋੜੇ ਲਈ ਫਿਰਦੇ ਸੀ। ਆਪਣੇ ਬਿਰਧ ਜਾਂ ਕੁਝ ਢਿੱਲੇ ਹੋ ਚੁੱਕੇ ਘੋੜਿਆਂ ਤੋਂ ਉੱਕ ਕੇ ਬਾਕੀ ਸਿੰਘ ਵੀ ਹੁਣ ਇਰਾਨੀ ਘੋੜਿਆਂ 'ਤੇ ਸਵਾਰ ਹੋ ਗਏ ਸੀ। ਸਾਲ ਕੁ ਮਗਰੋਂ ਸਿੰਘਾਂ ਨੇ ਹਰਗੋਬਿੰਦਪੁਰਾ ਉਤਾਰਾ ਕੀਤਾ ਹੋਇਆ ਸੀ। ਕੁਦਰਤਨ ਸਿਆਲਕੋਟ ਦਾ ਅਮੀਰ ਸੁਦਾਗਰ ਲਦਾਖ ਜੰਮੂ ਤੋਂ ਲੱਖਾਂ ਰੁਪਈਆਂ ਦਾ ਕਸ਼ਮੀਰੀ ਪਸ਼ਮੀਨਾ ਲੈ ਕੇ ਇੱਧਰ ਦੀ ਲੰਘਣ ਲੱਗਿਆ। ਪਸ਼ਮੀਨੇ ਤੋਂ ਬਿਨਾਂ ਉਹਦੇ ਕੋਲ ਕੀਮਤੀ ਲੋਈਆਂ, ਸ਼ੌਲ, ਗਲੀਚੇ, ਚਾਂਦੀ ਦੇ ਭਾਂਡੇ, ਕੇਸਰ, ਕਸਤੂਰੀ, ਇਹੋ ਜਿਹਾ ਹੋਰ ਵੀ ਬਹੁਤ ਮੁੱਲਾ ਸਮਾਨ ਜਿਹੜਾ ਸੀਗਾ ਨਾਲ ਸੀ ਉਹਦੇ। ਕਸ਼ਮੀਰ ਤੋਂ ਲਿਆਂਦੇ ਸਮਾਨ ਕਰਕੇ ਇਹਦੇ ਨਾਲ ਬਹੁਤੇ ਕਾਮੇ ਅਤੇ ਗਧਿਆਂ ਖੱਚਰਾਂ ਵਾਲੇ ਲਾਧੂ ਮੁਸਲਮਾਨ ਵੀ ਸੀਗੇ। ਕਿਸੇ ਨੇ ਸਿੰਘਾਂ ਨੂੰ ਆ ਕੇ ਖਬਰ ਦਿੱਤੀ ਵੀ ਮੁਗਲਾਂ ਦਾ ਇੱਕ ਟੋਲਾ ਸ਼ਾਹੀ ਪਰਿਵਾਰ ਲਈ ਕੀਮਤੀ ਸਮਾਨ ਲੈ ਕੇ ਜਾ ਰਿਹਾ। ਖਾਲਸੇ ਨੇ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ ਤੋਂ ਆਗਿਆ ਲੈ ਕੇ ਸੁਦਾਗਰ ਉੱਤੇ ਹੱਲਾ ਬੋਲਤਾ। ਇਹ ਟੋਲਾ ਰਾਤ ਕੱਟਣ ਵਾਸਤੇ ਹਜੇ ਤੰਬੂ ਲਾ ਹੀ ਰਿਹਾ ਸੀ। ਸਿੰਘ ਹਨੇਰੀ ਵਾਂਗੂ ਆਏ ਅਤੇ ਜ਼ਖੀਰਾ ਲੁੱਟ ਕੇ ਤੂਫਾਨ ਵਾਂਗੂ ਨਿਕਲ ਗਏ। ਜੱਥੇ ਦੇ ਪੜਾਅ 'ਤੇ ਜਾ ਕੇ ਖਾਲਸੇ ਨੇ ਜਦੋਂ ਪੰਡਾਂ ਖੋਲ੍ਹੀਆਂ ਤਾਂ ਵਿੱਚੋਂ ਕੀਮਤੀ ਅਤੇ ਖੂਬਸੂਰਤ ਲੋਈਆਂ ਅਤੇ ਸ਼ੌਲ ਨਿਕਲੇ। ਚਾਂਦੀ ਦੇ ਭਾਂਡਿਆਂ ਨੂੰ ਤਾਂ ਕਿਸੇ ਨੇ ਹੱਥ ਵੀ ਨਹੀਂ ਲਾਇਆ। ਹਾਂ, ਗਲੀਚੇ ਜ਼ਰੂਰ ਘੋੜਿਆਂ ਉੱਤੇ ਪਾ ਤੇ। ਇਸ ਲੁੱਟ ਦੇ ਸਮਾਨ ਦੇ ਨਾਲ ਹੀ ਸਿੰਘਾਂ ਨੇ ਖੱਚਰਾਂ ਦੇ ਮਾਲਕ ਕੁਝ ਮੁਸਲਮਾਨ ਵੀ ਫੜ ਲਏ ਸੀ। ਤਾਂ ਮੁਸਲਮਾਨ ਜਿਹੜੇ ਫੜ ਲਏ ਸੀਗੇ ਉਹਨਾਂ ਤੋਂ ਬਾਬਾ ਦਰਬਾਰਾ ਸਿੰਘ ਜੀ ਨੇ ਪੁੱਛਗਿੱਛ ਕਰੀ ਅਤੇ ਉਹਨਾਂ ਨੂੰ ਪੁੱਛਿਆ ਵੀ ਕੀ ਇਹ ਸਾਰਾ ਜਿਹੜਾ ਸਮਾਨ ਹੈ ਉਹ ਸ਼ਾਹੀ ਪਰਿਵਾਰ ਵਾਸਤੇ ਲਿਜਾ ਰਹੇ ਹੋ? ਉਹ ਕਹਿੰਦਾ ਹਾਂਜੀ ਖਾਲਸਾ ਜੀ। ਸੁਦਾਗਰ ਕੌਣ ਹੈ, ਮਤਲਬ ਕਿੱਥੋਂ ਤੁਸੀਂ ਲੈ ਕੇ ਆਏ ਹੋ ਸਮਾਨ? ਜੀ ਸੇਠ ਪ੍ਰਤਾਪ ਚੰਦ ਤੋਂ ਲੈ ਕੇ ਆਏ ਹਾਂ ਖਾਲਸਾ ਜੀ। ਕਿੰਨੀ ਕੁ ਕੀਮਤ ਹੋਏਗੀ ਇਸ ਸਮਾਨ ਦੀ? ਤਾਂ ਮੁਸਲਮਾਨ ਨੇ ਜਵਾਬ ਦਿੱਤਾ, ਲੱਖਾਂ ਵਿੱਚ ਹੈ ਹਜ਼ੂਰ। ਫਿਰ ਤਾਂ ਬਾਬਾ ਜੀ ਬੋਲੇ, ਫਿਰ ਤਾਂ ਖਾਲਸੇ ਨੇ ਦਿੱਲੀ ਦਾ ਲੱਖਾਂ ਦਾ ਨੁਕਸਾਨ ਕਰਤਾ। ਤਾਂ ਮੁਸਲਮਾਨ ਬੋਲਿਆ, ਜਿਹੜੇ ਫੜ ਲਏ ਸੀ ਉਹਨਾਂ ਨੇ, ਜਿਨ੍ਹਾਂ ਨੂੰ ਕੈਦੀ ਬਣਾ ਲਿਆ ਸੀ, ਨਹੀਂ ਹਜ਼ੂਰ, ਦਿੱਲੀ ਦਾ ਨਹੀਂ ਨੁਕਸਾਨ, ਇਹ ਤਾਂ ਵਪਾਰੀ ਪ੍ਰਤਾਪ ਚੰਦ ਦਾ ਨੁਕਸਾਨ ਹੋਇਆ। ਉਹਨੂੰ ਤਾਂ ਹਜੇ ਇਸ ਸਮਾਨ ਦਾ ਇੱਕ ਟਕਾ ਵੀ ਨਹੀਂ ਮਿਲਿਆ। ਪ੍ਰਤਾਪ ਚੰਦ ਕਿੱਥੇ ਆ, ਬਾਬਾ ਜੀ ਨੇ ਪੁੱਛਿਆ। ਉਹ ਤਾਂ ਹਮਲੇ ਵਿੱਚ ਜ਼ਖਮੀ ਹੋ ਗਿਆ ਅਤੇ ਜ਼ਖਮੀ ਹੋ ਕੇ ਭੱਜ ਗਿਆ। ਬਿਨਾਂ ਦੇਰ ਲਾਏ ਇਸੇ ਵਕਤ ਸਮਾਨ ਇਕੱਠਾ ਕਰੋ, ਬਾਬਾ ਜੀ ਨੇ ਭਾਈ ਕਪੂਰ ਸਿੰਘ ਨੂੰ ਕਿਹਾ, ਜਿਹਨੂੰ ਆਪਾਂ ਨਵਾਬ ਕਪੂਰ ਵੀ ਕਹਿੰਦੇ ਹਾਂ। ਨਵਾਬ ਕਪੂਰ ਸਿੰਘ ਜੀ ਨੂੰ ਕਿਹਾ ਵੀ ਹੁਣੇ ਇਸੇ ਟਾਈਮ ਸਮਾਨ ਨੂੰ ਇਕੱਠਾ ਕਰੋ। ਕਪੂਰ ਸਿੰਘ ਨੂੰ ਬੋਲੇ, ਇੱਕ ਇੱਕ ਕੀਮਤੀ ਚੀਜ਼ ਮੁੜ ਪੰਡਾਂ ਦੇ ਵਿੱਚ ਬੰਨੋ, ਪ੍ਰਤਾਪ ਚੰਦ ਨੂੰ ਲੱਭੋ ਅਤੇ ਸਾਰੀ ਲੁੱਟ ਮੋੜ ਕੇ ਆਓ। ਖਾਲਸੇ ਦਾ ਮੁੱਖ ਮਕਸਦ ਤਾਂ ਹਕੂਮਤ ਨੂੰ ਨੁਕਸਾਨ ਪਹੁੰਚਾਉਣਾ ਹੈ। ਖਾਲਸਾ ਕੋਈ ਲਟੇਰਾ ਨਹੀਂ ਜੋ ਸੁਦਾਗਰਾਂ ਦਾ ਸਮਾਨ ਲੁੱਟਦਾ ਫਿਰੇ। ਅਸੀਂ ਤਾਂ ਜ਼ਾਲਮ ਹਕੂਮਤਾਂ ਦਾ ਜੋ ਡਰ ਲੋਕਾਂ ਦੇ ਮਨਾਂ ਵਿੱਚ ਬੈਠਿਆ ਹੋਇਆ ਉਹਨੂੰ ਲਾਉਣਾ ਚਾਹੁੰਦੇ ਹਾਂ। ਜੇ ਸੇਠ ਨੂੰ ਸਮਾਨ ਦੀ ਪੂਰੀ ਕੀਮਤ ਮਿਲ ਗਈ ਹੁੰਦੀ ਤਾਂ ਅਸੀਂ ਟਕੇ ਦਾ ਵੀ ਸਮਾਨ ਨਹੀਂ ਮੋੜਨਾ ਸੀ ਵਾਪਸ। ਚਲੋ, ਪਰ ਹੁਣ ਨੁਕਸਾਨ ਸ਼ਾਹੀ ਪਰਿਵਾਰ ਦਾ ਨਹੀਂ, ਕਿਸੇ ਆਮ ਵਪਾਰੀ ਦਾ ਹੋ ਰਿਹਾ। ਸੇਠ ਨੂੰ ਜਦੋਂ ਅਦਾਇਗੀ ਹੋ ਗਈ ਅਸੀਂ ਇਹ ਸਮਾਨ ਫਿਰ ਲੁੱਟ ਲਾਂਗੇ।
ਬਾਬਾ ਜੀ ਨੇ ਮੁਸਕਰਾ ਕੇ ਕਿਹਾ ਸਿੰਘਾਂ ਨੂੰ। ਸਿੰਘਾਂ ਨੇ ਉਸੇ ਤਰ੍ਹਾਂ ਹੀ ਕੀਤਾ, ਹਾਲਾਂਕਿ ਉਹਨਾਂ ਨੂੰ ਕਦੇ ਲੋਚਾ ਵੀ ਨਹੀਂ ਹੋਈ, ਪਰ ਫਿਰ ਵੀ ਉਹਨਾਂ ਨੇ ਮਹੀਨਿਆਂ ਤੋਂ ਨੰਗੇ ਪਿੰਡਿਆਂ 'ਤੇ ਮਸਾਂ ਕੋਈ ਬਸਤਰ ਆਇਆ ਸੀ। ਬਾਬਾ ਜੀ ਦੇ ਕਹਿਣ ਦੀ ਦੇਰ ਸੀ ਕਿ ਕੁਝ ਹੀ ਪਲਾਂ ਮਗਰੋਂ ਹੀ ਪਸ਼ਮੀਨੇ ਦੀਆਂ ਲੋਈਆਂ, ਸ਼ਾਲਾਂ ਦੀਆਂ ਬੁੱਕਲਾਂ ਖੁੱਲ੍ਹ ਗਈਆਂ ਅਤੇ ਸਿੰਘਾਂ ਨੇ ਪੰਡਾਂ ਦੁਬਾਰੇ ਬੰਨ੍ਹਤੀਆਂ। ਘੋੜਿਆਂ 'ਤੇ ਦਿੱਤੇ ਗਲੀਚੇ ਵੀ ਲਾ ਕੇ ਖੱਚਰਾਂ ਦੇ ਉੱਤੇ ਵਾਪਸ ਰੱਖਤੇ। ਪਿੰਡਿਆਂ ਤੋਂ ਨੰਗੇ ਸਿੰਘ ਸਿਰਾਂ 'ਤੇ ਪਸ਼ਮੀਨੇ ਦੀਆਂ ਪੰਡਾਂ ਚੁੱਕ ਕੇ ਬੱਗੀਆਂ ਦੇ ਵਿੱਚ ਲੱਦਣ ਲੱਗ ਗਏ। ਐਸੇ ਹੋਰ ਕਿੰਨੇ ਹੀ ਕਾਰਨਾਮੇ ਮਿਲ ਜਾਂਦੇ ਨੇ ਜਿੱਥੋਂ ਕਪੂਰ ਸਿੰਘ ਦੇ ਕਿਰਦਾਰ ਦੀ ਝਲਕ ਪੈਂਦੀ ਹੈ।